ਮੈਂ ਸਰ ਸਿਵਲ ਸਰਜਨ ਆਫਿਸ ਤਰਨਤਾਰਨ। ਬਾਕੀ ਤੁਹਾਡਾ ਡਿਸਟ੍ਰਿਕਟ ਹੀ ਚੱਲ ਰਿਹਾ, ਜ਼ਿਆਦਾ ਹੋਰ ਕੇਸ ਤਾਂ ਨਹੀਂ ਹੋਏ ਕੋਈ? ਨਹੀਂ ਸਰ, ਬਿਲਕੁਲ ਅੰਡਰ ਕੰਟਰੋਲ ਹੈ, ਕੋਈ ਇਸ਼ੂ ਨਹੀਂ ਹੈ ਸਰ। ਔਰ ਤੁਸੀਂ ਦੱਸੋ, ਤੁਹਾਨੂੰ ਕੋਈ ਤਕਲੀਫ ਕਿਸੇ ਗੱਲ ਦੀ ਤੁਹਾਨੂੰ ਤੁਹਾਡੇ ਜਿਹੜੇ ਸਾਥੀ ਨੇ ਉਸ CMO ਦੇ ਆਫਿਸ 'ਚ? ਠੀਕ ਰਹੋ ਤੁਸੀਂ ਵੀ। ਮੈਂ ਦੇਖ ਰਿਹਾ ਕਿ ਤੁਸੀਂ ਮਾਸਕ ਨਹੀਂ ਪਾ ਰਹੇ, ਮਾਸਕ ਜ਼ਰੂਰ ਪਾਓ ਔਰ ਆਪਣੇ ਪਰਿਵਾਰ ਨੂੰ, ਆਫਿਸ ਨੂੰ, ਆਪਣੇ ਪਰਿਵਾਰ ਨੂੰ ਵੀ ਸੁਖੀ ਰੱਖੋ ਔਰ ਸਾਰੇ ਸਾਥੀਆਂ ਨੂੰ। ਮੇਰੀ ਫਤਿਹ ਬਣਾ ਦੇਣਾ ਪਲੀਜ਼। ਹੈਲੋ ਗੁਰਦੇਵ, ਕੀ ਹਾਲ ਹੈ ਤੁਹਾਡਾ? ਤਗੜੇ ਹੋ ਸਾਰੇ? ਸਤਿ ਸ਼੍ਰੀ ਅਕਾਲ। ਆਪਾਂ ਧਿਆਨ ਆਪਣੇ ਔਰ ਆਪਣੇ ਸਾਥੀਆਂ ਦਾ ਧਿਆਨ ਰੱਖ ਰਹੇ ਹੋ? ਤੁਸੀਂ ਘੁੰਮ ਰਹੇ ਸਾਰੇ ਹੋ, ਪਰ ਮਾਸਕ ਮੂਸਕ ਪਾ ਕੇ ਰੱਖਣਾ ਔਰ ਰੋਟੀ ਰੋਟੀ ਸਾਰੀ ਮਿਲਦੀ ਹੈ ਤੁਹਾਨੂੰ? ਠੀਕ ਅੱਛਾ ਬੇਟਾ, ਸ਼ਾਬਾਸ਼ ਸ਼ਾਬਾਸ਼ ਸਾਰਿਆਂ ਨੂੰ ਮੇਰੇ ਵੱਲੋਂ ਧੰਨਵਾਦ ਕਰਨਾ ਔਰ ਮੇਰੀ ਫਤਿਹ ਬੁਲਾਉਣਾ ਸਾਰਿਆਂ ਨੂੰ ਔਰ ਵਾਹਿਗੁਰੂ ਕਰੇ ਤੁਹਾਡੇ ਪਰਿਵਾਰ ਦੀ ਸਿੱਧ ਰਹੇ ਔਰ ਲੋਕਾਂ ਨਾਲ ਪਿਆਰ ਨਾਲ ਹੈ। ਆਪਾਂ ਇਹ ਔਖੀ ਘੜੀ ਵਿੱਚੋਂ ਲੰਘ ਰਹੇ ਆਪਾਂ, ਤਾਂ ਪਿਆਰ ਨਾਲ ਸਾਰਿਆਂ ਨਾਲ ਚਲਾਉਣਾ ਇਹਨਾਂ ਨੂੰ। ਕਿੱਥੇ ਕਿੱਥੇ ਹੋ, ਕਿੱਥੇ ਹੋ ਤੁਸੀਂ ਇਸ ਵੇਲੇ? ਅੱਛਾ ਪਟਿਆਲੇ ਵਿੱਚ। ਅੱਛਾ, ਹੋਰ ਠੀਕ ਹੋ ਤੁਸੀਂ? ਤੁਹਾਡਾ ਪਰਿਵਾਰ ਠੀਕ ਹੈ? ਅੱਛਾ, ਇੱਥੇ ਕੰਮ ਠੀਕ ਚੱਲ ਰਿਹਾ ਆਪਣਾ? ਅੱਛਾ ਬੇਟਾ, ਕੋਈ ਗੱਲ ਹੋਏ ਤਾਂ ਮੈਨੂੰ ਦੱਸਣਾ ਜ਼ਰੂਰ। ਬਾਕੀ ਸਾਰਿਆਂ ਨੂੰ ਜਿਹੜੇ ਤੁਹਾਡੇ ਸਾਥੀ ਨੇ ਮੇਰੀ ਫਤਿਹ ਬੁਲਾਉਣਾ ਉਹਨਾਂ ਨੂੰ ਸਾਰਿਆਂ ਨੂੰ। ਥੈਂਕ ਯੂ। ਬਾਕੀ ਤੁਹਾਡਾ ਡਿਸਟ੍ਰਿਕਟ ਠੀਕ ਚੱਲ ਰਿਹਾ, ਜ਼ਿਆਦਾ ਹੋਰ ਕੇਸ ਤਾਂ ਨਹੀਂ ਹੋਏ ਕੋਈ? ਔਰ ਤੁਸੀਂ ਦੱਸੋ, ਤੁਹਾਨੂੰ ਕੋਈ ਤਕਲੀਫ ਕਿਸੇ ਗੱਲ ਦੀ ਤੁਹਾਨੂੰ ਤੁਹਾਡੇ ਜਿਹੜੇ ਸਾਥੀ ਨੇ ਉਸ CMO ਦੇ ਆਫਿਸ 'ਚ? ਓਕੇ, ਬਸ ਤੁਸੀਂ ਠੀਕ ਰਹੋ ਤੁਸੀਂ ਵੀ। ਮੈਂ ਦੇਖ ਰਿਹਾ ਕਿ ਤੁਸੀਂ ਮਾਸਕ ਨਹੀਂ ਪਾ ਰਹੇ, ਮਾਸਕ ਜ਼ਰੂਰ ਪਾਓ ਔਰ ਆਪਣੇ ਪਰਿਵਾਰ ਨੂੰ, ਅੱਛਾ ਆਫਿਸ ਨੂੰ, ਆਪਣੇ ਪਰਿਵਾਰ ਨੂੰ ਵੀ ਸੁਖੀ ਰੱਖੋ ਔਰ ਸਾਰੇ ਸਾਥੀਆਂ ਨੂੰ। ਮੇਰੀ ਫਤਿਹ ਬਣਾ ਦੇਣਾ ਪਲੀਜ਼। ਥੈਂਕ ਯੂ। ਹੈਲੋ ਗੁਰਦੇਵ, ਕੀ ਹਾਲ ਹੈ ਤੁਹਾਡਾ? ਤਗੜੇ ਹੋ ਸਾਰੇ? ਸਤਿ ਸ਼੍ਰੀ ਅਕਾਲ। ਆਪਾਂ ਧਿਆਨ ਆਪਣੇ ਔਰ ਆਪਣੇ ਸਾਥੀਆਂ ਦਾ ਧਿਆਨ ਰੱਖ ਰਹੇ ਹੋ? ਤੁਸੀਂ ਘੁੰਮ ਰਹੇ ਸਾਰੇ ਹੋ, ਪਰ ਮਾਸਕ ਮੂਸਕ ਪਾ ਕੇ ਰੱਖਣਾ ਔਰ ਰੋਟੀ ਰੋਟੀ ਸਾਰੀ ਮਿਲਦੀ ਹੈ ਤੁਹਾਨੂੰ? ਠੀਕ ਅੱਛਾ ਬੇਟਾ, ਸ਼ਾਬਾਸ਼ ਸ਼ਾਬਾਸ਼ ਸਾਰਿਆਂ ਨੂੰ ਮੇਰੇ ਵੱਲੋਂ ਧੰਨਵਾਦ ਕਰਨਾ ਔਰ ਮੇਰੀ ਫਤਿਹ ਬੁਲਾਉਣਾ ਸਾਰਿਆਂ ਨੂੰ ਔਰ ਵਾਹਿਗੁਰੂ ਕਰੇ ਤੁਹਾਡੇ ਪਰਿਵਾਰ ਦੀ ਸੁਖੀ ਰਹੇ ਔਰ ਲੋਕਾਂ ਨਾਲ ਪਿਆਰ ਨਾਲ ਹੈ। ਆਪਾਂ ਇਹ ਔਖੀ ਘੜੀ ਵਿੱਚੋਂ ਲੰਘ ਰਹੇ ਆਪਾਂ, ਤਾਂ ਪਿਆਰ ਨਾਲ ਸਾਰਿਆਂ ਨਾਲ ਚਲਾਉਣਾ ਇਹਨਾਂ ਨੂੰ। ਕਿੱਥੇ ਕਿੱਥੇ ਹੋ, ਕਿੱਥੇ ਹੋ ਤੁਸੀਂ ਇਸ ਵੇਲੇ? ਅੱਛਾ ਪਟਿਆਲੇ ਵਿੱਚ। ਅੱਛਾ, ਹੋਰ ਠੀਕ ਹੋ ਤੁਸੀਂ? ਤੁਹਾਡਾ ਪਰਿਵਾਰ ਠੀਕ ਹੈ? ਅੱਛਾ, ਇੱਥੇ ਕੰਮ ਠੀਕ ਚੱਲ ਰਿਹਾ ਆਪਣਾ? ਅੱਛਾ ਬੇਟਾ, ਕੋਈ ਗੱਲ ਹੋਏ ਤਾਂ ਮੈਨੂੰ ਦੱਸਣਾ ਜ਼ਰੂਰ। ਬਾਕੀ ਸਾਰਿਆਂ ਨੂੰ ਜਿਹੜੇ ਤੁਹਾਡੇ ਸਾਥੀ ਨੇ ਮੇਰੀ ਫਤਿਹ ਬੁਲਾਉਣਾ ਉਹਨਾਂ ਨੂੰ ਸਾਰੇ।